ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਆਪਾਂ ਨੂੰ ਸਭ ਪਤਾ ਹੈ ਕਿ ਸਾਰੇ ਵਿਸ਼ਵ ਵਿੱਚ ਕਰੋਨਾ ਵਾਇਰਸ ਫੈਲਿਆ ਹੋਇਆ ਹੈ ਇਹ ਇੱਕ ਭਿਆਨਕ ਬਿਮਾਰੀ ਹੈ ਜਿਹੜੀ ਇੱਕ ਦੂਜੇ ਦੇ ਛੂਹਣ ਨਾਲ ਹੋ ਜਾਂਦੀ ਹੈ ਇਹ ਚੀਨ ਦੇ ਸ਼ਹਿਰ ਵੁਹਾਨ ਤੋਂ ਸ਼ੁਰੂ ਹੋਇਆ ਤੇ ਫੈਲਦਾ ਫੈਲਦਾ ਸਾਰੇ ਵਿਸ਼ਵ ਵਿੱਚ ਫੈਲ ਗਿਆ ਆਪਣੇ ਭਾਰਤ ਵਿੱਚ ਤਾਂ ਇਹ ਵਾਇਰਸ ਘੱਟ ਹੈ ਤੇ ਬਾਹਰਲੇ ਅਮਰੀਕਾ ਤੇ ਇਟਲੀ ਵਰਗੇ ਦੇਸ਼ਾਂ ਵਿੱਚ ਬਹੁਤ ਜ਼ਿਆਦਾ ਫੈਲ ਗਿਆ ਹੈ ਤੇ अनेका ਮੌਤਾਂ ਵੀ ਹੋ ਗਈਆਂ ਹਨ ਇਹ ਕਰੋਨਾ ਵਾਇਰਸ ਬਿਮਾਰੀ ਸਿੱਧੀ ਫੇਫੜਿਆਂ ਤੇ ਅਸਰ ਕਰਦੀ ਹੈ बुखार ਚੜ ਜਾਂਦਾ ਹੈ ਤੇ ਸਾਹ ਲੈਣ ਵਿੱਚ ਤਕਲੀਫ ਆਉਂਦੀ ਹੈ ਇਸ ਦੀ ਅਜੇ ਦਵਾਈ ਨਹੀਂ ਬਣੀ ਪਰ ਇਸ ਦਾ ਇੱਕੋ ਇੱਕ ਇਲਾਜ ਹੈ ਘਰ ਵਿੱਚ ਰਹਿਣਾ ਕਿਸੇ ਨਾਲ ਮੇਲਜੋਲ ਨਹੀਂ ਰੱਖਣਾ ਇਸੇ ਕਰਕੇ ਭਾਰਤ ਸਰਕਾਰ ਨੇ ਆਪਣੇ ਦੇਸ਼ ਵਾਸੀਆਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਲਾਕਡਾਊਨ ਕਰ ਦਿੱਤਾ ਹੈ ਮਤਲਬ ਘਰ ਵਿੱਚ ਹੀ ਰਹਿਣਾ ਬਾਹਰ ਨਹੀਂ ਨਿਕਲਣਾ ਤੇ ਨਾਲ ਹੀ ਕਰਫਿਊ ਲਗਾ ਦਿੱਤਾ ਹੈ ਅਜਿਹਾ ਕਰਨ ਨਾਲ ਲੋਕਾਂ ਨਾਲ ਮੇਲਜੋਲ ਨਹੀਂ ਹੋਵੇਗਾ ਅਤੇ ਨਾ ਹੀ ਇੱਕ ਦੂਜੇ ਨਾਲ ਹੱਥ ਲੱਗਣਗੇ ਤੁਸੀਂ ਮੂੰਹ ਨੂੰ ਬਾਰ-ਬਾਰ ਹੱਥ ਨਹੀਂ ਲਾਣਾ ਮੂੰਹ ਤੇ ਮਾਸਕ ਪਾਈ ਰੱਖਣਾ ਹੈ ਥੋੜੇ-ਥੋੜੇ ਸਮੇਂ ਬਾਅਦ ਸਾਬਣ ਨਾਲ ਹੱਥ ਧੋਣੇ ਹਨ ਘਰੇ ਵੀ ਕੋਸ਼ਿਸ਼ ਕਰੋ ਕਿ ਦੂਰੀ ਬਣਾਈ ਰੱਖੋ ਤੁਸੀਂ ਕਿਸੇ ਨਾਲ ਹੱਥ ਨਹੀਂ ਮਿਲਾਉਣਾ ਜਿਹੜਾ ਵੀ ਬੰਦਾ ਬਾਹਰੋਂ ਆਉਂਦਾ ਹੈ ਸਭ ਤੋਂ ਪਹਿਲਾਂ ਉਸ ਦੇ ਸੈਨੀਟਾਈਜ਼ਰ ਨਾਲ ਜਾਂ ਸਾਬਣ ਨਾਲ ਹੱਥ ਧਵਾਓ ਫਿਰ ਦੂਰੀ ਰੱਖ ਕੇ ਗੱਲ ਕਰੋ ਅਜਿਹੀਆਂ ਗੱਲਾਂ ਜੇ ਤੁਸੀਂ ਧਿਆਨ ਵਿੱਚ ਰੱਖੋਗੇ ਤਾਂ ਤੁਸੀਂ ਇਸ ਭਿਆਨਕ ਬਿਮਾਰੀ ਤੋਂ ਬਚੇ ਰਹੋਗੇ ਦੁਆ ਕਰੋ ਕਿ ਆਪਣਾ ਭਾਰਤ ਇਸ ਬਿਮਾਰੀ ਤੋਂ ਮੁਕਤ ਹੋ ਜਾਵੇ। ਧੰਨਵਾਦ।